ਮਾਮਲਾ ਹੋਇਆ ਵੈ, ਇਹ ਕੀ ਮਾਮਲਾ ਕੀ ਹੋਇਆ ਵੈ? ਇਹ ਆਪਣਾ ਜਿਹੜਾ ਬਲਜੀਤ ਸਿੰਘ ਹੈ, ਇਹ ਏਐਸਏ ਸੀ ਆਪਣਾ ਪੀਏਟੀ ਦੇ ਵਿੱਚ, ਤਲਵੰਡੀ ਡਿਊਟੀ ਕਰਦਾ ਸੀ ਠੇਕੇਦਾਰ ਨਾਲ, ਅਤੇ ਇਹ ਆਪਣੇ ਸਹੁਰੇ ਪਰਿਵਾਰ ਗਿਆ ਸੀ ਉੱਥੇ ਕਾਲੀ ਵਾਲੇ, ਅਤੇ ਉੱਥੇ ਇਹਨਾਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਹੋ ਗਿਆ, ਮੀਟਿੰਗ ਦਾ ਲੜਾਈ ਝਗੜਾ ਹੋ ਗਿਆ। ਇਹ ਕੋਲ ਆਪਣਾ ਸਰਕਾਰੀ ਰਜਿਸਟਰ ਸੀਗਾ, ਉਹਨਾਂ ਨੇ ਆਪਣਾ ਇਹ 'ਤੇ ਫੈਰ ਕੀਤਾ, ਘਰ ਦੀ ਆਪਣੇ 'ਤੇ ਜਿਹੜਾ ਉਹਦੇ ਫੈਰ ਲੱਗਿਆ, ਇਹਨੇ ਫਿਰ ਬਾਅਦ 'ਚ ਡਰ ਦੇ ਮਾਰੇ ਨੇ ਆਪ ਨੂੰ ਗੋਲੀ ਮਾਰ ਲਈ। ਤੇ ਡੈਥ ਕਿੰਦੀ ਹੋਈ ਹੈ? ਡੈਥ ਬਲਜੀਤ ਸਿੰਘ ਦੀ, ਤੇ ਵਾਈਫ ਜਿਹੜੀ ਹੈ, ਵਾਈਫ ਇੰਜਰਡ ਹੈ ਆਪਣਾ, ਉਹ ਦਾਖਲ ਹੈ ਉੱਥੇ ਮੋਗੇ ਦਿੱਲੀ ਕੇਅਰ ਹੋਸਪਿਟਲ। ਕੀ ਕਾਰਵਾਈ ਕੀਤੀ ਜਾ ਰਹੀ? ਕਾਰਵਾਈ ਆਪਣਾ 307 ਦਾ ਮੁਕੱਦਮਾ ਦਰਜ ਕਰਾ ਦਿੱਤਾ ਇਹਦੇ ਲੜਕੇ ਦੇ ਬਿਆਨ ਕਮਲਪ੍ਰੀਤ।